ਪੰਜਾਬ ਦੀਆਂ ਚਾਰ ਜ਼ਿਮਨੀ ਸੀਟਾਂ ਤੇ ਹੋਣ ਵਾਲੇ ਇਲੈਕਸ਼ਨ ਨੂੰ ਲੈ ਕੇ ਪ੍ਰਚਾਰ ਅੱਜ ਸ਼ਾਮ ਨੂੰ ਥੰਮ ਜਾਵੇਗਾ ਤੇ ਪ੍ਰਚਾਰ ਦੇ ਆਖਰਲੇ ਦਿਨ ਸਾਰੀ ਪਾਰਟੀਆਂ ਵੱਲੋਂ ਵੱਡੇ ਰੋਡ ਸ਼ੋਅ ਵੱਡੀਆਂ ਰੈਲੀਆਂ ਕੀਤੀਆਂ ਜਾਣੀਆਂ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੈਦਲ ਮਾਰਚ ਕੱਢਿਆ ਜਾ ਰਿਹਾ। ਮੁੱਲਾਪੁਰ ਦਾਖਾ ਦੇ ਵੱਖ ਵੱਖ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਸ਼ਹਿਰ ਪਹੁੰਚ ਚੁੱਕਾ ਵਾ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਦਿਹਾਲੀ ਵੱਲੋਂ। ਤਸਵੀਰਾਂ ਤੁਸੀਂ ਦਿਖਾ ਸਕਦੇ ਹੋ ਤੁਹਾਨੂੰ ਕਿ ਕਿਸ ਤਰ੍ਹਾਂ ਲਗਾਤਾਰ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ। ਮਨਪ੍ਰੀਤ ਦਿਹਾਲੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਪ੍ਰਚਾਰ ਦਾ ਆਖਰਲਾ ਦਿਨ ਹੈ, ਲਗਾਤਾਰ ਕਈ ਦਿਨਾਂ ਤੋਂ ਪ੍ਰਚਾਰ ਕਰ ਰਹੇ ਹੋ, ਕੀ ਰੂਪ ਰੇਖਾ ਰਹੇਗੀ, ਲੋਕਾਂ ਦਾ ਕਿਸ ਤਰ੍ਹਾਂ ਹੁੰਗਾਰਾ ਮਿਲ ਰਿਹਾ? ਬਸ ਹੁਣ ਸਾਰੇ ਲੋਕਾਂ ਦਾ ਬਹੁਤ, ਸਾਰੇ ਪਿੰਡਾਂ ਪ੍ਰੋਗਰਾਮ ਕਰੇ ਆ, ਬੜਾ ਪਿਆਰ ਦਿੱਤਾ, ਸਤਿਕਾਰ ਦਿੱਤਾ, ਵੱਡੇ ਇਕੱਠ ਹੋਏ ਨੇ, ਨੌਜਵਾਨਾਂ ਦਾ ਵੀ ਸਹਿਯੋਗ ਮਿਲ ਰਿਹਾ, ਬਜ਼ੁਰਗਾਂ ਦਾ, ਮਾਤਾਵਾਂ ਭੈਣਾਂ ਦਾ, NRI ਵੀਰਾਂ ਦਾ, ਸਾਰਿਆਂ ਸਹਿਯੋਗ ਨਾਲ ਬਾਕੀ ਗੁਰੂ ਮਿਹਰ ਕਰੂਗਾ ਕਾਮਯਾਬ ਹੋਵਾਂਗੇ। ਲਗਾਤਾਰ ਤੁਸੀਂ ਲਾਈਵ ਹੋ ਕੇ ਸਰਕਾਰ ਦੇ ਉੱਤੇ ਧੱਕੇਸ਼ਾਹੀ ਦੇ ਆਰੋਪ ਲਗਾ ਰਹੇ ਹੋ, ਕੀ ਕਹਿਣਾ ਚਾਹੋਗੇ ਕਿ ਹੁਣ ਪਰਸੋਂ ਵੋਟਿੰਗ ਹੋਣੀ ਹੈ, ਕੀ ਲੱਗਦਾ ਕਿ? ਅਸੀਂ ਦੱਸ ਦਿੱਤਾ ਵੀ ਆਹ ਕੁਛ ਹੋਇਆ, ਪਰ ਫਿਰ ਵੀ ਅਸੀਂ ਕੋਈ ਪਰਵਾਹ ਨਹੀਂ, ਨਾ ਸਾਡੇ ਵਰਕਰਾਂ ਪਰਵਾਹ ਮੰਨੀ ਆ, ਦੱਸਾਂਗੇ ਵੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਕਾਂਗਰਸ ਨੂੰ ਇੰਨੀ ਬੁਰੀ ਤਰ੍ਹਾਂ ਹਰਾਵਾਂਗੇ ਅਸੀਂ ਕਿ ਲੋਕ ਯਾਦ ਰੱਖਣਗੇ, ਇਤਿਹਾਸ ਲਿਖਿਆ ਜਾਊਗਾ। ਕਾਂਗਰਸ ਤੁਹਾਡੇ ਲਾਈਵ ਨੂੰ ਕਹਿੰਦੀ ਹੈ ਕਿ ਹਾਰ ਦੀ ਬੁਖਲਾਹਟ ਨੂੰ ਦੇਖਦੇ ਹੋਏ ਕਿ ਲਗਾਤਾਰ ਲਾਈਵ ਹੋ ਕੇ ਵਰਕਰਾਂ ਨੂੰ ਅੱਗੇ ਕਰ ਰਹੇ ਹਾਂ? ਅਸੀਂ ਆਪਣਾ ਜੋ ਸੱਚਾਈ ਸਾਹਮਣੇ ਲਿਆ ਰਹੇ ਹਾਂ, ਉਹਨਾਂ ਦੀਆਂ ਜੋ ਧੱਕੇਸ਼ਾਹੀਆਂ ਬਾਰੇ ਦੱਸ ਰਹੇ ਹਾਂ, ਜੋ ਮਰਜ਼ੀ ਕਰ ਲੈਣ, ਪੱਟੀ ਪੋਚ ਦਿਆਂਗੇ ਉਹਨਾਂ ਦੀ ਜੋ ਮਰਜ਼ੀ ਹੋ ਜਾਵੇ। ਲਾਸਟ ਦਿਨ ਹੁਣ ਪ੍ਰਚਾਰ ਕੁਛ ਹੀ ਘੰਟਿਆਂ ਬਾਅਦ ਖਤਮ ਹੋ ਜਾਏਗਾ, ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਅਪੀਲ ਕਰਦੇ? ਸਾਰੇ ਅਪੀਲਾਂ ਹੋ ਗਈਆਂ, ਜਾਏ ਆਏ ਆ, ਪਤਾ ਕੰਮ ਕੀਤੇ ਨੇ, ਮਿਹਨਤ ਕੀਤੀ ਆ, ਇੱਕ ਪਰਿਵਾਰ ਇਲਾਕਾ, ਦੂਜੇ ਪਾਸੇ 2.5 ਸਾਲ ਦੀ ਸਰਕਾਰ ਦੀ ਜਿਹੜੀ ਮਾੜੀ ਕਾਰਗੁਜ਼ਾਰੀ ਆ, ਅੱਜ ਹਰ ਵਰਗ ਦੁਖੀ ਆ ਕਾਂਗਰਸ ਤੋਂ। ਸੋ ਲੋਕ ਉਡੀਕ ਰਹੇ ਆ ਬੇਸਬਰੀ ਨਾਲ 21 ਤਰੀਕ, ਵੀ 21 ਤਰੀਕ ਆਵੇ ਅਤੇ ਕਾਂਗਰਸ ਸਫਾਇਆ ਕਰੀਏ। ਕੀ ਅਪੀਲ ਕਰਦੇ ਹੋ ਲੋਕਾਂ ਨੂੰ? ਲੋਕਾਂ ਨੂੰ ਬੇਨਤੀ ਆ ਵੀ 21 ਤਰੀਕ ਨੂੰ ਇੱਕ ਇੱਕ ਵੋਟ ਤੱਕੜੀ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਆਪਣੇ ਪਰਿਵਾਰ ਦੇ ਮੈਂਬਰ ਨੂੰ, ਆਪਦੇ ਬੱਚੇ ਨੂੰ, ਆਪਦੇ ਭਰਾ ਨੂੰ ਇਸ ਇਲੈਕਸ਼ਨ ਦੇ ਵਿੱਚ ਕਾਮਯਾਬ ਕਰੋ, ਤਾਂ ਜੋ ਅਸੀਂ ਹੋਰ ਵੱਧ ਚੜ੍ਹ ਕੇ ਇਸ ਇਲਾਕੇ ਦੀ ਸੇਵਾ ਕਰ ਸਕੀਏ, ਇਲਾਕੇ ਤਰੱਕੀ ਲਈ ਕੰਮ ਕਰ ਸਕੀਏ। ਜੀ ਬਿਲਕੁਲ, ਇਹ ਸੀਗਾ ਮਨਪ੍ਰੀਤ ਦਿਹਾਲੀ ਜਿਨ੍ਹਾਂ ਵੱਲੋਂ ਜਿਹੜਾ ਪ੍ਰਚਾਰ ਦੇ ਆਖਰਲੇ ਦਿਨ ਲਗਾਤਾਰ ਜਿਹੜਾ ਰੋਡ ਸ਼ੋਅ ਕੱਢਿਆ ਜਾ ਰਿਹਾ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ, ਚਾਹੇ ਨੌਜਵਾਨ ਹੋਵੇ, ਚਾਹੇ ਬਜ਼ੁਰਗ ਹੋਣ, ਚਾਹੇ ਔਰਤਾਂ ਹੋਣ, ਮਹਿਲਾਵਾਂ ਹੋਣ, ਮਨਪ੍ਰੀਤ ਦਿਹਾਲੀ ਦੇ ਹੱਕ ਦੇ ਵਿੱਚ ਪੈਦਲ ਮਾਰਚ ਕੱਢਿਆ ਜਾ ਰਿਹਾ। ਉਹਨਾਂ ਦਾ ਕਹਿਣਾ ਕਿ ਵਿਕਾਸ ਦੇ ਮੁੱਦੇ ਦੇ ਚੋਣ ਲੜ ਰਹੇ ਨੇ ਅਤੇ ਸਰਕਾਰ ਦੀ ਜਿਹੜੀ 2.5 ਸਾਲ ਦੀ ਕਾਰਗੁਜ਼ਾਰੀ ਆ, ਉਸ ਨੂੰ ਲੋਕਾਂ ਨੂੰ ਦਿਖਾਉਂਦੇ ਹੋਏ, ਲੋਕਾਂ ਨੂੰ ਦੱਸਦੇ ਹੋਏ ਜਿਹੜੀ ਕਾਰਗੁਜ਼ਾਰੀ ਆ, ਉਹਦੇ ਆਧਾਰ 'ਤੇ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ ਅਤੇ ਹਲਕੇ ਦੇ ਵਿਕਾਸ ਵਾਸਤੇ ਲੋਕਾਂ ਨੂੰ ਮਨਪ੍ਰੀਤ ਦਿਹਾਲੀ ਆਪਣੇ ਹੱਕ 'ਚ ਵੋਟ ਪਾਉਣ ਦੀ ਅਪੀਲ ਕਰਦੇ ਨੇ। ਦੇਖਣਾ ਹੋ ਗਿਆ 21 ਤਰੀਕ ਨੂੰ ਲੋਕ ਕਿਸ ਦੇ ਹੱਕ ਦੇ ਵਿੱਚ ਵੋਟ ਪਾ ਕੇ 24 ਤਰੀਕ ਨੂੰ ਮੁੱਲਾਪੁਰ ਦਾਖੇ ਦਾ MLA ਕਿਸ ਨੂੰ ਬਣਾਉਂਦੇ ਨੇ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾ, ਦੈਨਿਕ ਸਵੇਰਾ TV, ਮੁੱਲਾਪੁਰ ਦਾਖਾ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਤੇ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਰੋਜ਼ ਸ਼ਾਮ 4 ਵਜੇ ਸਿਆਸੀ 4।